हाँ जी दोस्तों, आज दी कहानी कुछ अपनी इंज शुरू हुंदी है कि एक लकड़हारा हुंदा है ते ओह लकड़ियां कट के अपना गुजारा करदा हुंदा है। ते एक बारी ओह उस जिस जंगल विच लकड़ियां कटदा हुंदा है उत्थे उन्हें एक महापुरुष मिलदे हन ते ओह अपने विचार उन्हां महापुरशां नूं दसदा है। कहिंदा जी मैं संतुष्ट नहीं हाँ, मैनूं इन्ना लाभ नहीं हुंदा, दसो मैं की करां। तां महापुरश कहिंदे हन तू ऐ कर, थोड़ा जिहा जंगल दे अगे होर जा, उत्थों लकड़ियां कट्टिया कर, उत्थे चंदन दी लकड़ है जिहड़ा तेरा जब तू कट्टिया करेगा तैनूं वध मुल मिलिया करेगा। तां भाई ओह इदां ही करदा है, ओह थोड़ा जिहा अगे जंगल दे चले जांदा है तां उत्थे लकड़ियां कट्टणियां शुरू कर दिंदा है ते ओह जिहड़ियां चंदन दीआं लकड़ियां कट्टदा है बेचदा है ते ओह तीन तीन चार चार दिन ओहदा ओही लकड़ां दे नाल सर जांदा है ते ओह जंगल दे विच नहीं आंदा। तां फिर की हुंदा है, फिर भी ओह जिहड़ा संतुष्ट नहीं हुंदा ते फिर ओह महापुरश नूं दुबारा पुछदा है कि मैं जी हजे भी संतुष्ट नहीं हाँ, कोई मज़ा नहीं आ रहा जिंदगी दा जीवन दा, तां दसो जी मैं की करां। तां महापुरश उहनां नूं कहिंदे हन कि तूं ऐ कर, थोड़ा जिहा होर अगे जा, उत्थे तैनूं सोने चांदी दे भंडार मिलणगे, तूं ओह भंडार जिहड़े हैगे आ ਉਹ ਤੂੰ ਕੱਢ ਲੈ ਅਤੇ ਉਹ ਵੇਚ ਅਤੇ ਉਹਨਾਂ ਦਾ ਗੁਜ਼ਾਰਾ ਕਰ ਤੂੰ ਉਹਨਾਂ ਨਾਲ। ਤਾਂ ਜੀ ਉਹ ਇੱਦਾਂ ਹੀ ਕਰਦਾ ਹੈ, ਉਹ ਥੋੜ੍ਹਾ ਜਿਹਾ ਹੋਰ ਅੱਗੇ ਜਾਂਦਾ ਜੰਗਲ ਦੇ ਵਿੱਚ, ਉੱਥੇ ਉਹਨੂੰ ਸੋਨੇ ਚਾਂਦੀ ਦੇ ਭੰਡਾਰ ਮਿਲਦੇ ਨੇ ਅਤੇ ਫਿਰ ਉਹ ਭੰਡਾਰਾਂ ਨੂੰ ਕੱਢਦਾ ਹੈ ਅਤੇ ਵੇਚਦਾ ਹੈ। ਹੁਣ ਉਹ ਜਿੱਥੇ ਪਹਿਲਾਂ 6-7 ਦਿਨ ਨਹੀਂ ਸੀ ਆਉਂਦਾ, ਹੁਣ ਉਹ ਤਾਂ ਸਾਲ ਸਾਲ ਨਹੀਂ ਆਉਂਦਾ ਵਾਪਸ, ਅਤੇ ਭੰਡਾਰ ਜਦੋਂ ਖਤਮ ਹੁੰਦੇ ਨੇ ਹੌਲੀ ਹੌਲੀ ਤਾਂ ਫਿਰ ਉਹ ਆਉਂਦਾ ਉੱਥੇ ਦੁਆਰ ਤੋਂ ਅਤੇ ਇੱਦਾਂ ਹੀ ਵੇਚੀ ਜਾਂਦਾ ਅਤੇ ਕਾਫੀ ਅਮੀਰ ਵੀ ਹੋ ਜਾਂਦਾ। ਪਰ ਉਹ ਫਿਰ ਮਹਾਂਪੁਰਸ਼ ਨੂੰ ਮਿਲਦਾ ਅਤੇ ਕਹਿੰਦਾ ਜੀ ਮੈਂ ਹਜੇ ਵੀ ਸੰਤੁਸ਼ਟ ਨਹੀਂ ਹਾਂ। ਅਤੇ ਫਿਰ ਮਹਾਂਪੁਰਸ਼ ਕਹਿੰਦੇ ਆ ਤੂੰ ਐਂ ਕਰ, ਤੂੰ ਨਾ ਥੋੜ੍ਹਾ ਜਿਹਾ ਹੋਰ ਜਾ ਅੱਗੇ ਜੰਗਲ ਦੇ ਅਤੇ ਤੈਨੂੰ ਫਿਰ ਉੱਥੇ ਪਤਾ ਕੀ ਮਿਲੇਗਾ। ਕਹਿੰਦਾ ਕੀ ਮਿਲੇਗਾ ਜੀ? ਕਹਿੰਦੇ ਤੈਨੂੰ ਉੱਥੇ ਹੀਰੇ ਜਵਾਹਰਾਤਾਂ ਦੇ ਭੰਡਾਰ ਮਿਲਣਗੇ, ਤੂੰ ਉਹਨਾਂ ਨੂੰ ਵੇਚ ਅਤੇ ਫਿਰ ਦੇਖ ਤੇਰੀ ਜ਼ਿੰਦਗੀ ਕਿਵੇਂ ਖੁਸ਼ਹਾਲ ਹੁੰਦੀ ਹੈ। ਤਾਂ ਵੀ ਉਹ ਇੱਦਾਂ ਹੀ ਕਰਦਾ, ਥੋੜ੍ਹਾ ਅੱਗੇ ਚਲੇ ਜਾਂਦਾ ਤਾਂ ਉੱਥੇ ਉਸਨੂੰ ਮਤਲਬ ਕਿ ਹੀਰੇ ਜਵਾਹਰਾਤ ਦੇ ਭੰਡਾਰ ਮਿਲਦੇ ਹਨ ਅਤੇ ਉਹ ਹੀਰੇ ਜਵਾਹਰਾਤ ਕੱਢਦਾ ਹੈ ਤਾਂ ਫਿਰ ਉਹ ਵੇਚ ਦਿੰਦਾ ਹੈ। ਅਤੇ ਹੁਣ ਜਿੱਥੇ ਉਹ ਸਾਲ ਦੋ ਸਾਲ ਬਾਅਦ ਆਉਂਦਾ ਸੀਗਾ, ਹੁਣ ਤਾਂ ਉਹਨੂੰ ਕਈ ਸਾਲਾਂ ਬੀਤ ਜਾਂਦੇ ਹੈ ਦੁਬਾਰਾ ਉੱਥੇ ਆਉਣ 'ਤੇ, ਅਤੇ ਫਿਰ ਉਹ ਕਈ ਸਾਲਾਂ ਬਾਅਦ ਆਉਂਦਾ ਹੈ, ਫਿਰ ਵੇਚਦਾ ਹੈ, ਫਿਰ ਇੱਦਾਂ ਸਾਲ ਕਈ ਲੰਘ ਜਾਂਦੇ ਹੈ ਇਸ ਤਰ੍ਹਾਂ ਕਰਦੇ ਨੂੰ। ਤਾਂ ਉਹ ਕਹਿੰਦਾ ਜੀ ਫਿਰ ਦੁਬਾਰਾ ਮਿਲਦਾ ਮਹਾਂਪੁਰਸ਼ ਨੂੰ, ਕਹਿੰਦਾ ਮੈਂ ਹਜੇ ਵੀ ਸੰਤੁਸ਼ਟ ਨਹੀਂ ਹਾਂ ਜੀ। ਕਹਿੰਦਾ ਹੁਣ ਤੂੰ ਕਿਸ ਗੱਲ 'ਤੇ ਨਹੀਂ ਸੰਤੁਸ਼ਟ? ਕਹਿੰਦਾ ਜੀ ਦੇਖੋ ਜੀ, ਕਹਿੰਦਾ ਮੇਰਾ ਮੈਂ ਇੰਨਾ ਤਕੜਾ ਵਿਅਕਤੀ ਬਣ ਗਿਆ, ਮੇਰਾ ਵਿਆਹ ਹੋ ਗਿਆ, ਮੇਰੇ ਇੱਕ ਮੁੰਡਾ ਹੈ, ਇੱਕ ਕੁੜੀ ਹੈ, ਅਤੇ ਮੇਰਾ ਮੁੰਡਾ ਮੈਨੂੰ ਕਹਿੰਦਾ ਹੈ, ਕਹਿੰਦਾ ਤੈਨੂੰ ਕੰਮ ਕਰਨ ਦੀ ਬਾਪੂ ਕੀ ਲੋੜ ਹੈ, ਆਪਾਂ ਕੋਲ ਤਾਂ ਇੰਨਾ ਪੈਸਾ ਹੈ, ਆਪਾਂ ਨੂੰ ਕੰਮ ਕਰਨ ਦੀ ਕੀ ਲੋੜ ਹੈ? ਅਤੇ ਜਿਹੜੀ ਕੁੜੀ ਹੈ, ਕਹਿੰਦਾ ਕੁੜੀ ਮੇਰੇ ਕਹਿਣੇ ਦੇ ਵਿੱਚ ਹੀ ਨਹੀਂ ਹੈ, ਅਤੇ ਜਿਹੜੀ ਮੇਰੀ ਘਰ ਵਾਲੀ ਹੈ ਉਹ ਵੀ ਮੇਰਾ ਕੋਈ ਕਹਿਣਾ ਨਹੀਂ ਮੰਨਦੀ, ਕਹਿੰਦਾ ਮੈਂ ਹਜੇ ਵੀ ਜਿਹੜਾ ਹੈਗਾ ਅਸੰਤੁਸ਼ਟ ਹਾਂ। ਅਤੇ ਫਿਰ ਮਹਾਂਪੁਰਸ਼ ਕਹਿੰਦੇ ਫਿਰ ਤੂੰ ਐਂ ਕਰ, ਥੋੜ੍ਹਾ ਜਿਹਾ ਹੋਰ ਅੱਗੇ ਜਾਏਗਾ? ਕਹਿੰਦਾ ਨਾ ਜੀ, ਕਹਿੰਦਾ ਹੁਣ ਤਾਂ ਨਹੀਂ ਮੈਂ ਅੱਗੇ ਜਾ ਸਕਦਾ, ਹੋਰ ਅੱਗੇ ਮੈਨੂੰ ਪਤਾ ਕੁਛ ਨਹੀਂ ਮੈਨੂੰ ਮਿਲਣਾ, ਕਿਉਂਕਿ ਹੀਰੇ ਜਵਾਹਰਾਤ ਤਾਂ ਉੱਪਰ ਤਾਂ ਦੇਖੋ ਮੈਂ ਵੀ ਵਪਾਰੀ ਹਾਂ, ਕੁਛ ਨਹੀਂ ਹੁੰਦਾ। ਅਤੇ ਮਹਾਂਪੁਰਸ਼ ਕਹਿੰਦੇ ਨਹੀਂ ਨਹੀਂ ਤੂੰ ਥੋੜ੍ਹਾ ਜਿਹਾ ਹੋਰ ਅੱਗੇ ਜਾ ਕੇ ਤਾਂ ਦੇਖ ਤੈਨੂੰ ਕੀ ਮਿਲਦਾ। ਅਤੇ ਉਹ ਕਹਿੰਦਾ ਨਹੀਂ ਜੀ, ਅਤੇ ਉਹ ਕਹਿੰਦੇ ਤੂੰ ਜਾ ਕੇ ਤਾਂ ਦੇਖ ਇੱਕ ਵਾਰੀ, ਅਤੇ ਉਹ ਕਹਿੰਦੇ ਤੂੰ ਜੇ ਤਾਂ ਹੋਰ ਅੱਗੇ ਜਾਏਗਾ ਨਾ ਤਾਂ ਤੈਨੂੰ ਸੰਤੁਸ਼ਟੀ ਮਿਲੇਗੀ, ਜਿੰਨਾ ਚਿਰ ਤੂੰ ਸੰਤੁਸ਼ਟ ਨਹੀਂ ਹੁੰਦਾ ਅਤੇ ਓਨਾ ਚਿਰ ਤੇਰਾ ਕੁਛ ਨਹੀਂ ਹੋਣਾ, ਤੈਨੂੰ ਦੇਖ ਇੰਨਾ ਕੁਛ ਮਿਲਿਆ ਪਰ ਤੂੰ ਫਿਰ ਵੀ ਸੰਤੁਸ਼ਟ ਨਹੀਂ ਨਾ ਹੋਇਆ, ਇਸ ਕਰਕੇ ਤੈਨੂੰ ਘੱਟ ਦੇ ਵਿੱਚ ਹੀ ਗੁਜ਼ਾਰਾ ਕਰਨਾ ਚਾਹੀਦਾ ਸੀਗਾ, ਤੈਨੂੰ ਉੱਥੇ ਹੀ ਸੰਤੁਸ਼ਟ ਹੋਣਾ ਚਾਹੀਦਾ ਸੀ, ਜਦ ਤੂੰ ਸੰਤੁਸ਼ਟ ਨਹੀਂ ਹੋ ਸਕਦਾ ਹੁਣ ਤੂੰ ਕਦੀ ਵੀ ਸੰਤੁਸ਼ਟ ਨਹੀਂ ਹੋ ਸਕਦਾ। ਕਹਿੰਦਾ ਇਹ ਭੰਡਾਰ ਤਾਂ ਦੇਖ ਮੈਨੂੰ ਵੀ ਮਿਲੇ ਸੀਗੇ ਅਤੇ ਪਰ ਜਿਹੜੀ ਮਨ ਦੀ ਸ਼ਾਂਤੀ ਹੈ ਉਹ ਆਪਾਂ ਨੂੰ ਇਹ ਭੰਡਾਰਾਂ ਤੋਂ ਕਾਫੀ ਉੱਤੇ ਹੁੰਦੀ ਹੈ, ਅਤੇ ਦੇਖ ਹੁਣ ਮੇਰਾ ਮਨ ਸ਼ਾਂਤ ਹੈ ਅਤੇ ਮੈਨੂੰ ਇਹ ਭੰਡਾਰਾਂ ਤੋਂ ਕੁਛ ਵੀ ਲੈਣਾ ਦੇਣਾ ਨਹੀਂ। ਅਤੇ ਦੋਸਤੋ ਇਹ ਕਹਾਣੀ ਸੁਣਾਉਣ ਦਾ ਇਹੀ ਅਰਥ ਸੀ ਕਿ ਇਹ ਸਾਰੀਆਂ ਦੁਨਿਆਵੀ ਚੀਜ਼ਾਂ ਨੇ, ਆਪਾਂ ਨੂੰ ਜਿਹੜੀ ਮਨ ਦੀ ਸ਼ਾਂਤੀ ਚਾਹੀਦੀ ਹੁੰਦੀ ਹੈ ਇਹ ਚੀਜ਼ਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਜੇ ਆਪਾਂ ਆਪਣਾ ਮਨ ਹੀ ਨਹੀਂ ਸ਼ਾਂਤ ਅਤੇ ਆਪਾਂ ਕੋਲ ਲੱਖਾਂ ਕਰੋੜਾਂ ਦੀ ਵੀ ਜਾਇਦਾਦ ਹੋਵੇ ਜਾਂ ਕਰੋੜਾਂ ਰੁਪਈਏ ਵੀ ਹੋਣ ਤਾਂ ਉਹ ਆਪਣੇ ਵਾਸਤੇ ਵਿਅਰਥ ਹਨ। ਧੰਨਵਾਦ।